ਕੇਂਦਰ ਸਰਕਾਰ ਦੇ ਨਾਲ ਸਿੱਧਾ ਟਾਕਰਾ ਲੈਣ ਲਈ ਕਿਸਾਨ ਜਥੇਬੰਦੀਆਂ ਹੋਈਆਂ ਤਿਆਰ ਤੇ ਹੁਣੇ ਹੁਣੇ ਕਰ ਦਿੱਤਾ ਵੱਡਾ ਐਲਾਨ। ਜੀ ਹਾਂ, ਅੰਮ੍ਰਿਤਸਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਪੰਜਾਬ ਭਰ ਦੇ ਵਿੱਚ 21 ਫਰਵਰੀ ਤੱਕ ਟੋਲ ਪਲਾਜ਼ੇ ਫ੍ਰੀ ਕਰ ਦਿੱਤੇ ਨੇ। ਇਸ ਮੌਕੇ ਅੰਮ੍ਰਿਤਸਰ ਦੇ ਮਾਨਾ ਵਾਲਾ ਟੋਲ ਪਲਾਜ਼ਾ ਤੇ ਬੈਠੇ ਕਿਸਾਨ ਆਗੂਆਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਨਾਲ ਧੱਕੇਸ਼ਾਹੀ ਕਰ ਰਹੀ ਹੈ ਤੇ ਸਾਡੇ ਧਰਨੇ ਉਦੋਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨ ਲਈਆਂ ਜਾਂਦੀਆਂ। ਮੈਂ ਸਰਦਾਰ ਦਲਬਾਗ ਸਿੰਘ, ਪਿੰਡ ਰਾਜੇਵਾਲ। ਕੀ ਕਹਿਣਾ ਚਾਹੋਗੇ ਜਿਹੜਾ ਕਿ ਟੂਲ ਤੁਹਾਡੇ ਵੱਲੋਂ ਫ੍ਰੀ ਕੀਤੇ ਗਏ, ਕਿੰਨੇ ਦਿਨਾਂ ਬਾਅਦ ਜਾਂ ਪੱਕੇ ਮੋਰਚੇ ਆ? ਇਹ ਜੀ ਸਾਨੂੰ ਤਾਂ ਜ਼ਿਆਦਾ ਪੱਕੇ ਲੱਗਣਗੇ, ਕਿਉਂਕਿ ਮੋਦੀ ਨੇ ਬਾਜ ਆਉਣਾ ਨਹੀਂ, ਸਾਨੂੰ ਪੱਕੇ ਲਾਉਣੇ ਪੈਣੇ ਆ। ਉੱਥੇ ਥਰੂ ਗੈਸ ਮਾਰੇ ਜਾ ਰਹੇ ਆ, ਰਬੜ ਦੀਆਂ ਗੋਲੀਆਂ, LSR ਦੇ ਫਾਇਰ ਮਾਰੇ ਜਾ ਰਹੇ ਆ, ਕਈਆਂ ਬੰਦਿਆਂ ਦੇ ਸਰੇ ਨਿਕਲੇ ਆ, ਅੱਖ ਵੀ ਇੱਕ ਬੰਦੇ ਦੀ ਨਿਕਲ ਗਈ ਆ। ਜਿੰਨਾ ਚਿਰ ਸਾਡਾ ਦਿੱਲੀ ਦਾ ਮੋਰਚਾ ਜਾਰੀ ਆ, ਉਨਾ ਚਿਰ ਇਹ ਜਾਰੀ ਆ। ਮਨਸ਼ਾ ਕੀ ਲੱਗਦੀ ਕੇਂਦਰ ਸਰਕਾਰ ਦੀ ਕਿਸਾਨਾਂ? ਕੇਂਦਰ ਸਰਕਾਰ ਦੀ ਮਨਸ਼ਾ ਤੇ ਕੇਂਦਰ ਸਰਕਾਰ ਦੀ ਖੂਜ ਬਹਿ ਗਈ ਝੂਠੀ ਆ, ਲਾਰਾ ਲਾ ਕੇ ਸਾਡੇ ਨਾਲ ਤੇ ਉਹ ਹੁਣ ਵਾਅਦੇ ਤੇ ਪੂਰੀ ਨਹੀਂ ਆ ਰਹੀ। ਬਹੁਤ ਜ਼ਿਆਦਾ ਜੀ, ਬੜੇ ਲੋਕ ਸਮਰਥਨ ਪੂਰਾ ਸਾਨੂੰ, ਪੱਕੇ ਬਿਲਕੁਲ ਦਿੱਲੀ ਜਾਣ ਦੀ ਤਿਆਰੀ ਹੈ ਜੀ। ਅਸੀਂ ਤਿਆਰ ਬੈਠੇ ਹਾਂ, ਅਸੀਂ ਤਾਂ ਦਿੱਲੀ ਜਾਣ ਨੂੰ ਤਿਆਰ ਬੈਠੇ ਹਾਂ। ਉੱਥੇ ਵੇਖੋ ਕੀ ਇਹਨਾਂ ਕੀਤਾ, ਇਹਨਾਂ ਦੇ ਵਿਰੋਧੀ ਦੁਸ਼ਮਣ ਵੀ ਨਹੀਂ ਕਰਦਾ ਜੋ ਇਹਨਾਂ ਨੇ ਕੀਤਾ। ਪਾਕਿਸਤਾਨ ਵੱਲ ਜਾਂਦੇ ਆਪਾਂ, ਕਹਿੰਦੇ ਪਾਕਿਸਤਾਨ ਨੇ ਕਿੱਲ ਕੰਡੇ ਲਾਏ ਗਾੜੀ ਕਿਹੜੇ ਕਿਹੜੇ ਸਰੀਏ ਕੱਢ ਦਿੱਤੇ ਸੜਕਾਂ 'ਚ, ਬੈਲੀਅਰ ਲਾ ਕੇ ਵਿੱਚ ਸੀਮੈਂਟ ਭਰਤੇ ਆ, ਗਾੜੀ ਕੰਧਾਂ ਕਰ ਦਿੱਤੀਆਂ। ਅੱਜ ਪਾਕਿਸਤਾਨ ਵਾਲਿਆਂ ਨੇ ਕੰਧ ਕੀਤੀ ਗਾੜੀ, ਟਾਰੀ ਬਾਰਡਰ 'ਤੇ ਚਲੋ ਦਿਖਾਓ ਕੋਈ ਕੰਧ ਹੈਗੀ ਆ, ਕੋਈ ਕੰਧ ਨਹੀਂ, ਜਿਵੇਂ ਜਾਓ ਉਵੇਂ ਆਓ। ਸਾਡੇ ਨਾਂ ਦੇ ਅਸੀਂ ਇੱਥੋਂ ਤੇ ਵਸਨੀਕ ਨਹੀਂ ਗਏ, ਇਹ ਵੋਟਾਂ ਲੈਣ ਸਾਡੇ ਕੋਲ ਕਿੱਦਾਂ ਆਉਂਦੇ ਆ? ਭਾਜਪਾ ਸਾਡੀ ਵੋਟਾਂ ਨਾਲ ਬਣੀ ਆ, ਬਾਈਕਾਟ ਅਸੀਂ ਵੋਟਾਂ 'ਚ ਨਹੀਂ, ਵੇਖਿਓ ਵੋਟਾਂ 'ਚ ਕੀ ਬਣਦਾ। ਇਹ ਸਾਡੇ ਨਾਲ ਨਿਜਰਪੁਰਾ ਟੂਲ ਪਲਾਜ਼ਾ ਜੰਡਿਆਲੇ ਲੱਗੇ ਜੀ, ਇਹ ਫ੍ਰੀ ਕੀਤਾ ਗਿਆ, ਫ੍ਰੀ ਰੱਖਾਂਗੇ। ਕਿਸਾਨਾਂ ਨੇ ਕਿਹਾ ਕਿ ਕੱਲ੍ਹ ਜਿਹੜੀ ਸਾਡੀ ਮੀਟਿੰਗ ਹੋਈ ਹੈ ਉਹ ਵੀ ਬੇਨਤੀਜਾ ਨਿਕਲੀ ਹੈ। ਹੁਣ 21 ਫਰਵਰੀ ਨੂੰ ਦੁਬਾਰਾ ਸਮਾਂ ਰੱਖਿਆ ਗਿਆ ਤੇ ਉਦੋਂ ਤੱਕ ਇਹ ਸਾਡੇ ਧਰਨੇ ਜਾਰੀ ਰਹਿਣਗੇ। ਪਰਮਜੀਤ ਸਿੰਘ ਵੀ ਜੀ, ਨਿਜਰ ਟਰਾਂਸਪੋਰਟ ਦਾ ਵੀ ਕੰਮ ਕਰਦਾ ਮੈਂ, ਜ਼ਿੰਮੇਦਾਰ ਆ। ਕਹਿਣਾ ਚਾਹੁੰਦੇ ਹਾਂ ਵੀ ਜੀ, ਆ ਜਿਹੜੀ ਮੋਦੀ ਸਰਕਾਰ ਵੇਖੋ ਉੱਥੇ ਕਿਸਾਨਾਂ ਨਾਲ ਕਰ ਰਹੀ, ਸ਼ੰਭੂ ਬੈਰੀਅਰ 'ਤੇ ਕੋਈ ਵਹਿ ਕੋਈ ਵੀ ਉਹਦੇ ਵਿੱਚ ਕੋਈ ਕਾਨੂੰਨ ਹੈਗਾ ਵਾ? ਲੋਕ ਜਿਹੜੇ ਵੀਡੀਓ ਪਾਉਣ ਡੇ ਉਹ ਸਾਨੂੰ ਕਹਿੰਦੇ ਵੀ ਕਿਸਾਨਾਂ ਨੇ ਰੋਡ ਬੰਦ ਕੀਤਾ, ਤੁਸੀਂ ਇੱਕ ਵਾਰ ਦੱਸ ਦਿਓ ਵੀ ਕਿਸਾਨ ਕਿਤੇ ਰੋਡ ਬੰਦ ਕੀਤਾ ਕਿਸੇ ਨੇ? ਇਹਨਾਂ 'ਤੇ 9 ਤਰੀਕ ਦੇ ਬੈਰੀਅਰ ਲਾ ਕੇ ਤਾਂ ਰੋਡ ਬੰਦ ਕਰਦਾ, ਐਡੇ ਐਡੇ ਥੰਮ ਲਾ ਦਿੱਤੇ, ਐਡੇ ਐਡੇ ਕਿੱਲ ਕੱਢ ਦਿੱਤੇ ਆ, ਅਤੇ ਹੁਣ ਵੇਖੋ ਕਿਸਾਨਾਂ 'ਤੇ ਕਿੰਨਾ ਹੋਇਆ, 2 ਕਿਸਾਨ ਸ਼ਹੀਦ ਹੋ ਗਏ ਸਾਡੇ, ਇੱਕ ਪਹਿਲਾਂ ਇੱਥੇ ਹੋਇਆ, ਇੱਕ ਕੱਲ੍ਹ ਡੱਬ ਵਾਲੀ ਪਾ ਕੇ ਟਿੱਕਰੀ ਬਾਰਡਰ 'ਤੇ ਹੋਇਆ, ਕੱਲ੍ਹ 2 ਕਿਸਾਨ ਸ਼ਹੀਦ ਹੋ ਗਏ ਆ। ਇਹ ਦੋਵੇਂ ਅਥਰੂ ਜਿਹੜੇ ਗਲੇ ਦੇ ਗੋਲੇ ਛੱਡਦੇ ਉਹਦਾ ਕਰਕੇ ਉਹ ਬਿਮਾਰ ਹੋਇਆ ਪਹਿਲਾਂ, ਫਿਰ ਹੋਸਪਿਟਲ ਲੈ ਗਏ ਉਹਨੂੰ, ਹੋਸਪਿਟਲ 2 ਦਿਨ ਰਿਹਾ ਵਿਚਾਰਾ, ਤੀਜੇ ਚੌਥੇ ਦਿਨ ਉਹਦੀ ਮੌਤ ਹੋ ਗਈ ਆ। ਕਿੱਡੀ ਮਾੜੀ ਗੱਲ ਹੈ ਵੇਖੋ, ਜਦੋਂ ਸਾਡਾ ਕੋਈ ਬੰਦਾ ਨਹੀਂ ਹਮਲਾ ਕਰਦਾ ਇਹ ਕਿਉਂ ਹਮਲੇ ਕਰਨ ਦੇ ਬਗੈਰ ਬੈਠੇ, ਸ਼ਾਂਤੀ ਮਾਈ ਬੈਠੇ ਆ? ਫਿਰ ਇਹਨਾਂ ਕਿਹਾ, ਇਹਨਾਂ ਦੀ ਲਿਖੀ ਵੀ ਗੱਲ ਹੁੰਦੀ ਨਾ, ਉਹਨਾਂ ਦੇ ਰਾਤ ਮੁੰਡੇ ਫੜੇ ਗਏ ਰੋੜੇ ਮਾਰਦੇ, ਉਹ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤਾਂ ਕਹਿੰਦੇ ਸਾਨੂੰ ਉੱਧਰੋਂ ਭੇਜਿਆ ਗਿਆ, ਅਤੇ ਨਾ ਕਿਸਾਨਾਂ ਦਾ ਲੱਗਣ ਡਿਆ ਵੀ ਰੋੜੇ ਮਾਰਦੇ ਆ, ਜਦੋਂ ਅਸੀਂ ਰੋੜੇ ਕਿਹੜੀ ਗੱਲ ਮਾਰਨਾ, ਅਸੀਂ ਤਾਂ ਲੜਨ ਗਏ ਹੀ ਨਹੀਂ, ਅਸੀਂ ਤਾਂ ਸ਼ਾਂਤ ਮਾਈ ਗਏ ਆ। ਅਜੇ ਵੀ ਉਹ ਕਹਿੰਦੇ ਦਿੱਲੀ ਜਾਣਾ, ਸ਼ਾਂਤ ਮਾਈ ਨੇ ਜਾਣਾ, ਜਿੱਦਾਂ ਪਹਿਲਾਂ ਅਸੀਂ 13-14 ਮਹੀਨੇ ਰਹੇ ਉੱਥੇ ਸ਼ਾਂਤ ਮਾਈ, ਉਸੇ ਢੰਗ ਨਾਲ ਇਹ ਕੰਮ ਕਰਨਾ ਚਾਹੁੰਦੇ, ਅਸੀਂ ਕਿਸੇ ਦੇ ਵਿਰੋਧੀ ਨਹੀਂ ਗਏ। ਹੁਣ ਅਸੀਂ ਧਰਨੇ ਬੰਦ ਲਾਏ ਆ ਜੀ, ਟੂਲ 'ਤੇ ਟੂਲ ਬੰਦ ਕੀਤਾ ਸਾਨੂੰ 21 ਤੱਕ ਉਹਨਾਂ ਨੇ ਦਿੱਤਾ ਸੀ, ਸਾਨੂੰ ਫੋਨ ਆਏ ਸੀ ਸਾਨੂੰ ਪ੍ਰਧਾਨਾਂ ਦੇ ਵੀ ਟੂਲ ਬੰਦ ਕਰੋ, ਟੂਲ ਬੰਦ ਕੀਤਾ। ਅੱਗੇ ਜਿੱਦਾਂ ਦੀ ਉਹ ਗਾਂਹ ਰਣਨੀਤੀ ਕਰਨਗੇ, ਕਿਉਂਕਿ ਕੱਲ੍ਹ ਮੀਟਿੰਗ ਹੋਈ ਸੀ ਉਹਨਾਂ ਨੇ, ਫਿਰ 21-30 ਦਾ ਟਾਈਮ ਲੈ ਲਿਆ 11 ਵਜੇ ਦਾ,
21 ਤਰੀਕ ਨੂੰ ਤੁਹਾਨੂੰ ਅਸੀਂ ਕੋਈ ਨਾ ਕੋਈ ਸੰਦੇਸ਼ ਜ਼ਰੂਰ ਦੇਵਾਂਗੇ। ਲੱਗਦਾ ਕਿ ਪੱਕੇ ਮੋਰਚੇ ਲੱਗ ਸਕਦੇ ਜੋ ਲੱਗ ਸਕਦੇ ਆ ਜੀ, ਜੇ ਉਹਨਾਂ ਨਾ ਦਿੱਤਾ ਕਿਉਂ ਟਾਲ ਮਟੋਲੀ ਕਰਨ ਡੇ ਆ, ਸਾਰਾ ਕੁਛ ਉਹਨਾਂ ਦੇ ਹੱਥੀ, ਉਹਨਾਂ ਪਤਾ ਚੋਣ ਜਾਬਤਾ ਲੱਗਣ ਵਾਲਾ ਵਾ, ਜੇ ਕਰਨਾ ਹੋਵੇ ਤਾਂ ਇੱਕ ਮਿੰਟ ਦਾ ਕੰਮ ਆ, ਸਾਰਾ ਕੁਛ ਉਹਦੇ ਵਿੱਚ ਉਹ ਮਾਲਕ ਆ, ਉਹ ਪ੍ਰਧਾਨ ਮੰਤਰੀ ਆ, ਸਾਰਾ ਕੁਛ ਆ, ਸੰਸਦ ਉਹਨਾਂ ਦੇ ਕੋਲ ਆ, ਮੀਟਿੰਗਾਂ ਉਹਨਾਂ ਜਦੋਂ ਅੱਗੇ ਦੋ ਗੇੜੇ ਦਿੱਲੀ ਹੋ ਕੇ ਆਏ ਆ ਅਤੇ ਕੀ ਇਹਦੇ ਗੱਲ ਕਰਕੇ ਹੀ ਨਹੀਂ ਆਇਓ? ਜੇ ਗੱਲ ਕਰਕੇ ਨਹੀਂ ਉਹਦੇ ਕੋਲ ਪਾਵਰ ਕੋਈ ਨਹੀਂ ਤਾਂ ਆਉਂਦੇ ਕੀ ਲੈਣ? ਫਿਰ ਉਹ ਚੰਡੀਗੜ੍ਹੋਂ ਆਉਂਦੇ ਕੀ ਲੈਣੇ ਜਿਹਨਾਂ ਕੋਲ ਪਾਵਰ ਨਹੀਂ ਗੀ? ਇੱਥੇ ਜੋ ਕਿਸਾਨ ਦਸ ਦਸ ਮਿੰਟ ਕੇ ਜਾ ਕੇ ਫਿਰ ਕਹਿੰਦੇ ਆ ਅਸੀਂ ਜੀ ਗੱਲ ਕਰਕੇ ਆਵਾਂਗੇ ਜੀ, ਇਹ ਤਾਂ ਸੋਚ ਕੇ ਆਵਾਂਗੇ, ਪਹਿਲਾਂ ਕੀ ਲੈਣ ਆ ਜਾਂਦੇ ਫਿਰ? ਹਾਂ ਫ੍ਰੀ ਕੀਤਾ ਗਿਆ ਜੀ, ਲੋਕਾਂ ਦਾ ਬਹੁਤ ਸਮਰਥਨ, ਲੋਕ ਹਰ ਇੱਕ ਬੰਦਾ ਪੁੱਛ ਕੇ ਤੁਹਾਨੂੰ ਕਿਸ ਚੀਜ਼ ਦੀ ਲੋੜ ਆ, ਪੈਸੇ ਦੇ ਕੇ ਜਾਂਦੇ ਆ, ਕਹਿੰਦੇ ਦੱਸੋ ਪਰ ਅਸੀਂ ਨਹੀਂ ਲੈਂਦੇ ਕਿਉਂ, ਸਾਨੂੰ ਜ਼ਰੂਰਤ ਨਹੀਂ, ਕਹਿੰਦਾ ਘਰੋਂ ਸਾਡੀ ਚਾਹ ਪਾਣੀ ਆ ਜਾਂਦੀ ਆ, ਫੁਲਕੇ ਆ ਜਾਂਦੇ ਆ, ਬਾਕੀ ਬਹੁਤ ਸਹਿਯੋਗ ਬਹੁਤ ਜ਼ਿਆਦਾ ਮਿਲ ਰਿਹਾ। ਹਾਂਜੀ ਹਰ ਇੱਕ ਬੰਦੇ ਦਾ ਸਹਿਯੋਗ ਹੈ ਸਾਨੂੰ ਪੂਰਾ ਪੂਰਾ ਜੀ। ਸੋ ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਦਿੱਲੀ ਕੂਚ ਕਰਨ ਦਾ ਐਲਾਨ ਕਰ ਚੁੱਕੇ ਨੇ, ਜਿਸ ਦੇ ਮੱਦੇਨਜ਼ਰ 13 ਫਰਵਰੀ ਤੋਂ ਟਰੈਕਟਰ ਟਰਾਲੀਆਂ ਸਮੇਤ ਕਿਸਾਨ ਦਿੱਲੀ ਵੱਲ ਰਵਾਨਾ ਹੋ ਰਹੇ ਨੇ, ਜਿਨ੍ਹਾਂ ਨੂੰ ਹਰਿਆਣਾ ਦੇ ਬਾਰਡਰਾਂ ਤੇ ਪੁਲਿਸ ਵੱਲੋਂ ਰੋਕਿਆ ਜਾ ਰਿਹਾ ਹੈ। ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।